ਸਟੱਡੀ ਐਂਡ ਸੈਟਲ ਇਨ ਮਾਲਟਾ। ਅੱਜ ਵੀਜ਼ਾ ਆਇਆ ਜੀ ਨਿਖਿਲ ਸ਼ਰਮਾ ਦਾ ਆਫਟਰ 4 ਰਿਫਿਊਜ਼ਲ। ਲੁਧਿਆਣਾ ਦੇ ਰਹਿਣ ਵਾਲੇ ਹੈ, ਉਹਨਾਂ ਦੇ ਫਾਦਰ ਸਾਹਿਬ ਤੋਂ ਪੁੱਛਾਂਗੇ ਸੁਨੀਲ ਜੀ ਨੂੰ ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਵਿਨ ਯੂਰ ਇੰਗਲਿਸ਼ ਨਾਲ। ਸਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਐਕਸਪੀਰੀਅੰਸ ਸਾਡਾ ਬਹੁਤ ਅੱਛਾ ਸੀਗਾ ਜੀ। ਬੱਚਾ ਮਤਲਬ 4 ਸਾਲ ਤੋਂ, ਮਤਲਬ 3 ਸਾਲ ਤੋਂ ਅਸੀਂ ਕਰ ਰਹੇ ਸੀਗੇ, ਹੈ ਨਾ, ਟਰਾਈ ਕਰ ਰਹੇ ਸੀਗੇ ਜੀ, ਹੋ ਨਹੀਂ ਰਿਹਾ ਸੀਗਾ। ਹਾਂ, ਹੋ ਜਾਂਦਾ ਨੈਚੁਰਲੀ। ਕਾਫੀ ਤੁਹਾਨੂੰ ਇਮੋਸ਼ਨਲੀ ਵੀ ਤੁਸੀਂ ਸ਼ੈਟਰਡ ਹੋ ਗਏ ਹੋਵੋਗੇ ਜਦੋਂ 4 ਰਿਫਿਊਜ਼ਲ ਸੀਗੇ, ਅਤੇ ਉਸ ਤੋਂ ਬਾਅਦ ਬਹੁਤ ਖੁਸ਼ੀ ਹੈ ਵੀਜ਼ਾ ਆਉਣ ਦੀ। ਮੈਂ ਸਮਝ ਸਕਦਾ ਭਾਵੁਕ ਹੋ ਗਏ ਨੇ, ਪਰ ਖੁਸ਼ੀ ਦਾ ਮੌਕਾ ਜੀ, ਬਹੁਤ ਖੁਸ਼ੀ ਦਾ ਮੌਕਾ ਹੈਗਾ। ਵੀਜ਼ਾ ਆਇਆ ਹੈਗਾ ਤੁਹਾਡਾ, ਤੁਹਾਨੂੰ ਗੇੜੇ ਤਾਂ ਨਹੀਂ ਲਾਉਣੇ ਪਏ ਇੱਥੇ ਜਗਰਾਓ? ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਚਲੋ, ਤਾਂ ਇਸ ਤੋਂ ਇਲਾਵਾ ਪ੍ਰੋਸੈਸ ਕਿੱਦਾਂ ਰਿਹਾ ਜੇ ਆਪਾਂ ਪ੍ਰੋਸੈਸ ਦੀ ਗੱਲ ਕਰੀਏ? ਪ੍ਰੋਸੈਸ ਸਾਰਾ ਠੀਕ ਰਿਹਾ ਸਾਡੇ? ਪ੍ਰੋਸੈਸ ਓਵਰਆਲ ਬਹੁਤ ਵਧੀਆ ਸੀਗਾ ਜੀ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਲਸ ਵਗੈਰਾ ਨਹੀਂ ਆਈ ਤੁਹਾਨੂੰ, ਹੈ ਨਾ? ਸੋ ਸੁਨੀਲ ਜੀ ਭਾਵੁਕ ਹੋ ਗਏ ਸੀਗੇ, ਸੋ ਓਵਰਆਲ ਜੇ ਆਪਾਂ ਗੱਲ ਕਰੀਏ ਕਿ ਸਾਰਾ ਵਧੀਆ ਰਿਹਾ ਤੁਹਾਡੇ ਸਰਵਿਸ? ਜਿਵੇਂ 4-5 ਜਗ੍ਹਾ ਤੋਂ ਆਲਰੇਡੀ ਤੁਹਾਡੇ ਰਿਫਿਊਜ਼ਲ ਸੀਗੇ, ਅਤੇ ਤੁਸੀਂ ਖੁਸ਼ ਹੈ, ਸਾਰੀ ਫੈਮਿਲੀ ਬਿਲਕੁਲ ਹੈਪੀ ਹੈ ਜੀ, ਕੋਈ ਇੱਦਾਂ ਦੀ ਟੈਨਸ਼ਨ ਵਾਲੀ ਨਹੀਂ ਗੱਲ ਹੈਗੀ, ਮਤਲਬ ਇਹਨਾਂ ਦਾ ਇੰਨਾ ਵਧੀਆ ਰਿਸਪੋਂਸ ਸੀਗਾ। ਚਲੋ, ਸਾਰਿਆਂ ਨੂੰ ਤੁਸੀਂ ਇਹੀ ਰਿਕਮੈਂਡ ਕਰਦੇ। ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਨਿਖਿਲ, ਬਹੁਤ ਤਰੱਕੀਆਂ ਕਰੋ। ਐਂਡ ਜਿਹੜੇ ਵੀ ਸਟੂਡੈਂਟਸ ਜਾਂ ਉਹਨਾਂ ਦੇ ਪੇਰੈਂਟਸ ਸੋਚ ਰਹੇ ਆ ਤੁਹਾਡੇ ਮਲਟੀਪਲ ਰਿਫਿਊਜ਼ਲਸ ਨੇ, ਵਿਦ ਫੈਮਿਲੀ ਜਾਣਾ ਚਾਹੁੰਦੇ ਹੋ ਇੰਡੀਆ ਤੋਂ ਸ਼ੈਂਜਨ ਮੂਵ ਹੋਣਾ ਜਾਂ ਹੋਰ ਕੰਟਰੀਜ਼ ਹੋਣਾ, ਤਾਂ ਇੱਕ ਵਾਰ ਸਾਨੂੰ ਜ਼ਰੂਰ ਮਿਲੋ। ਕਾਲ ਅਸ ਐਟ 7973160270। ਥੈਂਕ ਯੂ ਸੋ ਮਚ।